ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ 'ਤੇ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਅੱਜ ਦਾ ਵਲੋਗ ਸ਼ਾਮ ਤੋਂ ਸ਼ੁਰੂ ਕਰਦੇ, ਸ਼ਾਮ ਦੇ 4 ਵੱਜ ਰਹੇ ਨੇ। ਸਵੇਰ ਦੀ ਨਾ ਮੇਰੀ ਸਿਹਤ ਹੀ ਠੀਕ ਸੀ, ਮੇਰਾ ਜੀ ਨਹੀਂ ਕਰਿਆ ਹੈਗਾ, ਫਿਰ ਨਾ ਮੇਰਾ ਕੰਮ ਕਰਨ ਨੂੰ ਅੱਜ ਕੋਈ ਵੀ ਜੀ ਕਰਿਆ, ਮੈਂ ਨਾ ਮੈਂ ਕੰਮ ਕਰਿਆ ਅੱਜ। ਅੱਜ ਮੈਂ ਸਿਰਫ ਸਵੇਰ ਦਾ ਖਾਣਾ ਦਾਣਾ ਹੀ ਬਣਾਇਆ ਸੀਗਾ ਬਸ। ਉਸ ਤੋਂ ਬਾਅਦ ਮੈਂ ਨਾ ਤੁਹਾਨੂੰ ਕਰ ਦਾ ਰੈਸਟ ਕਰਦੇ ਸੀ, ਵੀਡੀਓ ਐਡਿਟ ਕੀਤੀ ਆ। ਜੋ ਸਿਹਤ ਨਾਲ ਸਾਥ ਦਵੇ ਫਿਰ ਕੁਛ ਚੰਗਾ ਲੱਗਦਾ। ਫਿਰ ਮੈਂ ਵੀ ਅੱਜ ਰੈਸਟ ਹੀ ਕਰਿਆ, ਕੁਛ ਨਹੀਂ ਕਰਿਆ ਸਵੇਰ ਦਾ, ਮੈਂ ਕੁਛ ਕਾਸੇ ਕੰਮ 'ਤੇ ਹੱਥ ਨਹੀਂ ਲਾਇਆ ਖਾਣੇ ਤੋਂ ਬਣਾਉਣ ਤੋਂ ਬਿਨਾਂ। ਅਤੇ ਹੁਣ ਕੁਛ ਠੀਕ ਲੱਗਦਾ ਹੈ, ਮੈਂ ਕਿਹਾ ਹੁਣ ਤਾਂ ਚਲੋ ਸ਼ਾਮ ਦਾ ਟਾਈਮ ਆ, ਕੰਮ ਧੰਦਾ ਕਰਾਂਗੇ, ਨਾਲੇ ਵਲੋਗ ਸ਼ੁਰੂ ਕਰ ਲਾਂ। ਅਤੇ 4 ਵੱਜ ਰਹੇ ਨੇ ਸ਼ਾਮ ਦੇ। ਕੁਛ ਤਾਂ ਮੈਂ ਆਪਣਾ ਡਰੈਸਿੰਗ ਟੇਬਲ ਵਾਲੀ ਕਵਰ ਸੈੱਟ ਕਰਨੀ ਸੀ, ਉਹਦੀ ਸਫਾਈ ਕਰਨੀ ਸੀ, ਉਹ ਕਰਦੀ ਹਾਂ। ਇੱਕ ਮੇਰੇ ਕੱਪੜਿਆਂ ਵਾਲੀ ਕਵਰ 'ਚ ਖਲਾਰਾ ਜਿਹਾ ਪੈ ਰਿਹਾ, ਥੋੜ੍ਹਾ ਜਿਹਾ ਉਹ ਕਰਦੀ ਹਾਂ। ਕੰਮ ਕਰੇ ਬਿਨਾਂ ਵੀ ਸਰਦਨ, ਜਿੰਨਾ ਆਪਾਂ ਪਏ ਰਹਾਂਗੇ ਉਨਾ ਹੀ ਸਰੀਰ, ਫਿਰ ਆਪਾਂ ਨੂੰ ਐਂ ਲੱਗੂ ਵੀ ਡਾਊਨ ਜਾ ਨਾ, ਆਪਣੀ ਸਿਹਤ ਖਰਾਬ ਲੱਗਦੀ, ਉੱਠ ਕੇ ਤੁਰ ਫਿਰ ਕੇ ਵਧੀਆ ਲੱਗਦਾ। ਚਲੋ ਹੁਣ ਰੈਸਟ ਵੀ ਕਰ ਲਿਆ ਅਤੇ ਕੁਛ ਠੀਕ ਵੀ ਲੱਗਦਾ ਆਪ ਨੂੰ। ਨਹੀਂ ਸਵੇਰੇ ਤਾਂ ਮੇਰਾ ਕਾਸੇ ਨੂੰ ਜੀ ਨਹੀਂ ਕਰਦਾ ਸੀ, ਮੇਰਾ ਇਹ ਕਰਦਾ ਬਸ ਪਈ ਰਵਾਂ ਖੜੀ ਹੀ ਨਾ ਹੋਵਾਂ। ਬਹੁਤ ਲੋਅ ਜਿਹਾ ਫੀਲ ਹੋ ਰਿਹਾ ਸੀਗਾ, ਅਤੇ ਹੁਣ ਕੁਛ ਠੀਕ ਹੈ। ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਕਰਦੇ ਕੰਮ ਧੰਦੇ ਸ਼ੁਰੂ। ਮੈਂ ਲੱਗ ਗਈ ਸੀ ਆਪਣੀ ਡਰੈਸਿੰਗ ਵਾਲੀ ਵੈਨਿਟੀ ਸਾਫ਼ ਕਰਨ। ਨਿੱਕਾ ਨਿੱਕਾ ਸਮਾਨ ਦਿੰਦੇ ਖਲਾਰਾ ਬਹੁਤ ਜ਼ਿਆਦਾ ਪਾ ਦਿੰਦਾ, ਅਤੇ ਛੋਟੇ ਛੋਟੇ ਸਮਾਨ ਨੂੰ ਔਰਗਨਾਈਜ਼ ਕਰਕੇ ਰੱਖਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ। ਅਤੇ ਸੈਟਿੰਗ ਤਾਂ ਆਪਾਂ ਕਰ ਦਿੰਦੇ, ਆਪਾਂ ਕਰਨ ਤੋਂ ਬਾਅਦ ਕੁਛ ਦਿਨ ਤਾਂ ਸੈਟਿੰਗ ਆਪਣੀ ਬਿਲਕੁਲ ਠੀਕ ਠਾਕ ਰਹਿੰਦੀ ਆ, ਪਰ ਫਿਰ ਕਈ ਦਿਨਾਂ ਬਾਅਦ ਨਾ ਫਿਰ ਖਲਾਰਾ ਜਿਹਾ ਪੈਣਾ ਸ਼ੁਰੂ ਹੋ ਜਾਂਦਾ ਹੈ ਨਾ। ਅਤੇ ਕਾਫ਼ੀ ਜ਼ਿਆਦਾ ਸਮਾਨ ਇਹਦਾ ਵੀ ਫੈਲਿਆ ਪਿਆ ਸੀ, ਮੈਂ ਸੋਚ ਰਹੀ ਸੀ ਵੀ ਕਰਾਂ ਪਰ ਸੇਮ ਡੇ ਆਪਾਂ ਕਰ ਨਹੀਂ ਪਾਉਂਦੇ ਹੈ ਨਾ। ਪਹਿਲਾਂ ਤਾਂ ਪਲੈਨ ਕਰਨਾ ਪੈਂਦਾ, ਸੋਚਣਾ ਪੈਂਦਾ ਵੀ ਆਹ ਕੰਮ ਕਰਨਾ ਨਾ, ਫਿਰ ਇੱਕ ਦੋ ਦਿਨ ਲੰਘ ਜਾਂਦੇ ਨੇ। ਕਰਨ 'ਚ ਦੇਖੋ 5-10 ਮਿੰਟ ਹੀ ਲੱਗਦੇ ਨੇ, ਬਸ ਆਪਣੀ ਘੋਲੀ ਵੱਡੀ ਹੋ ਜਾਂਦੀ ਹੈ। ਬਾਕੀ ਕੰਮ ਹੋਰ ਐਂ ਹੁੰਦਾ ਵੀ ਕਿਚਨ ਦੇ ਕੰਮ, ਹੋਰ ਸਾਫ਼ ਸਫਾਈ ਦੇ ਕੰਮ ਜ਼ਰੂਰੀ ਨੇ, ਪਹਿਲਾਂ ਵੀ ਚਲੋ ਉਹ ਕਰ ਲਈਏ। ਅਤੇ ਮੈਂ ਫਾਈਨਲੀ ਮੈਂ ਕਿਹਾ ਚਲੋ ਹੁਣ ਸਾਫ਼ ਕਰ ਹੀ ਲਵਾਂ, ਕੁਛ ਮੇਰੀ ਸਿਹਤ ਠੀਕ ਨਹੀਂ ਸੀ, ਮੈਨੂੰ ਆਈ ਸੀ ਮੈਂ ਜ਼ਿਆਦਾ ਹੈਵੀ ਕੰਮ ਨਾ ਕਰਾਂ, ਵੀ ਚਲੋ ਹਲਕਾ ਫੁਲਕਾ ਜਿਹਾ ਹੀ ਕੁਛ ਕਰ ਲਵਾਂ। ਫਿਰ ਮੈਂ ਸੋਚਿਆ ਚਲੋ ਵੀ ਇਹੀ ਕਰ ਲੈਂਦੇ, ਵੀ ਹਲਕਾ ਹੀ ਕੰਮ ਆ, ਕੋਈ ਜ਼ਿਆਦਾ ਭਾਰੀ ਕੰਮ ਨਹੀਂ। ਪਤਾ ਨਹੀਂ ਅੱਜ ਮੇਰੀ ਸਿਹਤ ਨੂੰ ਸਵੇਰ ਤੋਂ ਪਤਾ ਨਹੀਂ ਕਿਉਂ ਡਾਊਨ ਜੀ ਹੋਈ ਪਈ ਸੀ, ਖੜ੍ਹੇ ਹੋਣ ਨੂੰ ਵੀ ਜੀ ਨਹੀਂ ਕਰ ਰਿਹਾ ਸੀ ਬਿਲਕੁਲ ਵੀ। ਬਹੁਤ ਹੀ ਆਪਦੀ ਨਾ ਬੋਡੀ ਵੀਕ ਜੀ, ਲੋਜ ਫੀਲ ਕਰ ਰਹੀ ਸੀ। ਹੁਣ ਵੀ ਇੱਕ ਵਾਰ ਉੱਠ ਕੇ ਲੱਗ ਤਾਂ ਗਈ, ਇੱਕ ਵਾਰ ਉੱਠੀ ਤਾਂ ਠੀਕ ਲੱਗਿਆ, ਪਰ ਫਿਰ ਵੀ ਉਹ ਗੱਲ ਜੀ ਨਹੀਂ ਬਣੀ ਹੈਗੀ। ਅੱਜ ਕੰਮ 'ਚ ਮੇਰਾ ਇੰਨਾ ਇੰਟਰਸਟ ਜਿਹਾ ਨਹੀਂ ਬਣਿਆ ਹੈਗਾ ਅੱਗੇ ਵਾਂਗੂ, ਹਿੰਮਤ ਨਾਲ ਕੰਮ ਜੀ ਨਹੀਂ ਕਰਿਆ, ਬਸ ਹੌਲੀ ਹੌਲੀ ਕਰਿਆ, ਟਾਈਮ ਪਾਸ ਹੀ ਕਰਿਆ, ਬਸ ਐਂ ਕਹਿ ਸਕਦੀ ਹਾਂ ਮੈਂ। ਅੱਜ ਤਾਂ ਮੈਂ ਖਾਣਾ ਵੀ ਬਣਾਇਆ ਪਰ ਉਹਦਾ ਵੀ ਟਾਈਮ ਪਾਸ ਹੀ ਕਰਿਆ ਬਿਲਕੁਲ। ਜੋ ਕੁਛ ਜੀ ਨਾ ਕਰੇ ਕੰਮ ਕਰਨ ਨੂੰ, ਅੰਦਰੋਂ ਕੁਛ ਠੀਕ ਨਾ ਹੋਵੇ ਫਿਰ ਕੁਛ ਚੰਗਾ ਜਿਹਾ ਨਹੀਂ ਲੱਗਦਾ ਹੈਗਾ, ਅਸੀਂ ਇੱਕ ਠੀਕ ਮਜ਼ਬੂਰੀ ਹੋ ਜਾਂਦੀ ਵੀ ਕਰਨਾ ਪੈਂਦਾ ਹੈ ਨਾ, ਸਾਰਾ ਦਿਨ ਬੰਦਾ ਪਿਆ ਵੀ ਚੰਗਾ ਨਹੀਂ ਲੱਗਦਾ ਹੈਗਾ, ਦੇਖਣ ਵਾਲੇ ਨੂੰ ਲੱਗਦਾ ਵੀ ਖਾਈ ਪੀ ਜਾਂਦੀ ਵੀ ਠੀਕ, ਪਰ ਆਪਦਾ ਆਪ ਨੂੰ ਵੀ ਪਤਾ ਹੁੰਦਾ ਵੀ ਅੰਦਰੋਂ ਆਪਣੀ ਸਿਹਤ ਠੀਕ ਹੈਗਾ ਨਹੀਂ ਠੀਕ। ਖਾਣਾ ਪੀਣਾ ਤਾਂ ਹੈਗੀ, ਢਿੱਡ ਲਾਇਆ ਰੱਬ ਨੇ, ਖਾਣਾ ਤਾਂ ਹੈਗੀ, ਭੁੱਖ ਤਾਂ ਦੇਖਣ ਲੱਗਦੀ ਆ। ਅਤੇ ਮੈਂ ਕਰ ਰਹੀ ਸੀ ਹੁਣ ਸਾਫ਼ ਹੀ, ਨਿੱਕੇ ਨਿੱਕੇ ਚੀਜ਼ਾਂ ਜਿਹਨਾਂ ਸੰਭਾਲਣੀ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ। ਮੈਂ ਤਾਂ ਆਪਣਾ ਫਿਰ ਇਹਦੇ ਲਈ ਬਾਸਕਿਟਸ ਲਗਾਈਆਂ ਹੋਈਆਂ ਨੇ ਇਹ ਪਲਾਸਟਿਕ ਦੀਆਂ, ਅਤੇ ਇਹਨਾਂ ਵਿੱਚ ਔਰਗਨਾਈਜ਼ ਕਰਕੇ ਰੱਖਿਆ ਜਾਂਦਾ, ਨਹੀਂ ਤਾਂ ਫਿਰ ਫੈਲਿਆ ਜਾ ਰਹਿੰਦਾ ਸਮਾਨ। ਕਈ ਵਾਰ ਅੰਦਰੋਂ ਹੀ ਆਪਾਂ ਫਟਾਫਟ ਕਲੀਨਿੰਗ ਕਰਨੀ ਹੋਵੇ, ਇੱਕ ਬਾਸਕਿਟ ਚੱਕੋ ਅਤੇ ਸਾਫ਼ ਕਰ ਦਿਉ, ਸ਼ੈਲਫ 'ਤੇ ਕੱਪੜਾ ਮਾਰ ਦਿਉ, ਸਫਾਈ ਕਰਨੀ ਵੀ ਸੌਖੀ ਹੋ ਜਾਂਦੀ, ਫਿਰ ਇੱਕ ਚੀਜ਼ ਚੱਕਣੀ ਔਖੀ ਹੋ ਜਾਂਦੀ ਛੋਟੀ ਛੋਟੀ। ਅਤੇ ਇਹਨਾਂ ਵਿੱਚ ਮੈਂ ਆਪਣੇ ਸਾਰੇ ਹੇਅਰ ਸੀਰਮਾਂ, ਪਰਫਿਊਮਸ, ਡੀਓ ਇਹਨਾਂ ਵਿੱਚ ਹੀ ਪਾ ਕੇ ਰੱਖ ਲੈਂਦੀ ਹਾਂ ਬਾਸਕਿਟਸ 'ਚ, ਵਧੀਆ ਤਰੀਕੇ ਨਾਲ ਔਰਗਨਾਈਜ਼ਡ ਲੱਗਦੇ ਨੇ। ਹੁਣ ਦੇਖੋ ਆਪਣੇ ਰਬੜ ਬੈਂਡਸ ਨਾ ਇਸ ਤਰ੍ਹਾਂ ਔਰਗਨਾਈਜ਼ ਕਰਕੇ ਰੱਖੇ ਹੋਏ ਨੇ, ਵੀ ਟੋਇਲਟ ਪੇਪਰ ਰੋਲ ਦਾ ਇੱਕ ਖਾਲੀ ਰੋਲ ਆ ਉਹਦੇ ਅੰਦਰ ਹੁੰਦਾ ਜਿਹੜਾ, ਉਹਦੇ ਉੱਪਰ ਮੈਂ ਆਪਣੇ ਰਬੜ ਬੈਂਡਸ ਲਗਾ ਤੇ ਹੈ ਨਾ, ਕਿਸੇ ਚੀਜ਼ ਨੂੰ ਯੂਜ਼ ਕਰਨ ਦੇ ਇੱਕ ਆਈਡੀਆ ਹੋਣਾ ਚਾਹੀਦਾ, ਔਰ ਇੱਕ ਰਬੜ ਬੈਂਡ ਆਪਾਂ ਨੂੰ ਦਿਖਦਾ ਵੀ ਕਿਹੜੇ ਕਲਰ ਦਾ ਆਪਾਂ ਨੂੰ ਚਾਹੀਦਾ। ਇਸ ਤਰ੍ਹਾਂ ਤੋਂ ਸਾਰਾ ਰਬੜ ਬੈਂਡਸ ਨੂੰ ਔਰਗਨਾਈਜ਼ਡ ਕਰ ਲਏ, ਦੇਖੋ ਫੈਲੇ ਫੈਲਦੇ ਵੀ ਨਹੀਂ ਹੈਗੇ ਫਿਰ ਇਸ ਤਰ੍ਹਾਂ, ਤਾਂ ਆਪਾਂ ਨੂੰ ਨਿਗਾਹ 'ਚ ਵੀ ਰਹਿੰਦੇ ਨੇ ਵੀ ਕਿਹੜੇ ਕਲਰ ਦਾ ਆਪਾਂ ਨੂੰ ਚਾਹੀਦਾ। ਇਹ ਮੈਂ ਬਣਾਇਆ ਹੋਇਆ ਵਾਚ ਔਰਗਨਾਈਜ਼ਰ, ਵੈਸੇ ਔਨਲਾਈਨ ਮੈਂ ਦੇਖਿਆ ਸੀ ਵਾਚ ਔਰਗਨਾਈਜ਼ਰ ਬਹੁਤ ਜ਼ਿਆਦਾ ਕੋਸਟਲੀ ਮਿਲਦਾ, ਅਤੇ ਇੱਦਾਂ ਹੀ ਨਾ ਮੈਨੂੰ ਵੀ ਇਹ ਲੱਗਦਾ ਸੀ ਵਾਚਿਸ ਖਿਲਰੀਆਂ ਜੀ, ਕਿ ਚੱਕਣੀ ਰੱਖਣੀ ਬਹੁਤ ਔਖੀ ਲੱਗਦੀ ਸੀ। ਫਿਰ ਮੈਂ ਇੱਕ ਡੱਬਾ ਲੈ ਕੇ ਆਈ ਸਪੈਸ਼ਲ ਵਾਚ ਲਈ, ਉਹਦੇ ਵਿੱਚ ਇੱਕ ਮੈਂ ਇੱਕ ਸਪੋਂਜੀ ਦਾ ਇੱਕ ਮੈਟ ਸੀ ਵੀ ਕਿਸ ਚੀਜ਼ ਵਿੱਚੋਂ ਨਿਕਲੇ ਸੀ, ਉਹ ਲਗਾ ਲਿਆ ਕੱਟ ਕੇ, ਉਹਦੇ ਵਿੱਚ ਵਾਚ ਰੱਖ ਲਏ, ਵਾਚ ਲਈ ਮੈਂ ਤਾਂ ਬੋਕਸ ਬਣਾ ਲਿਆ। ਇਹਦੇ ਵਿੱਚ ਆਪਾਂ ਨੂੰ ਸਾਰੀਆਂ ਵਾਚਿਸ ਦਿਖਦੀਆਂ ਵੀ ਨੇ, ਅੱਛੀਆਂ ਵੀ ਲੱਗਦੀਆਂ ਨੇ ਅਤੇ ਔਰਗਨਾਈਜ਼ਡ ਵੀ ਰਹਿੰਦੀਆਂ ਨੇ। ਇਹ ਵੀ ਇੱਕ ਨਾ ਬਹੁਤ ਸਾਲ ਪੁਰਾਣਾ ਇੱਕ ਮਿਠਾਈ ਵਾਲਾ ਬੋਕਸ ਹੈ, ਇਹਦੇ ਵਿੱਚ ਮੈਂ ਸਾਰੀਆਂ ਆਪਣੇ ਬੈਂਗਲਸ ਰੱਖੀਆਂ ਹੋਈਆਂ ਨੇ। ਫਿਰ ਜੋ ਆਪਾਂ ਕਿਤੇ ਵੀ ਜਾਣਾ ਹੈ ਨਾ, ਫਟਾਫਟ ਤੁਸੀਂ ਬੋਕਸ 'ਚੋਂ ਕੱਢੋ ਅਤੇ ਪਾ ਲਓ, ਇੱਕ ਜਗ੍ਹਾ ਹੀ ਪਈਆਂ ਹੋਣ ਸਾਰੀਆਂ, ਆਪਾਂ ਨਿਗਾਹ 'ਚ ਵੀ ਆ ਜਾਂਦੇ, ਇਹ ਨਹੀਂ ਪਾਉਣੀ, ਇਹ ਪਾਉਣੀ ਆ, ਇੱਕ ਅਲੱਗ ਅਲੱਗ ਆਪਾਂ ਰੱਖਾਂਗੇ ਕਿਤੇ ਅੱਛੀ, ਅਲੱਗ ਅਲੱਗ ਡੱਬਿਆਂ ਵਿੱਚ ਉਹ ਇੱਕ ਇੱਕ ਡੱਬਾ ਖੋਲ੍ਹਣਾ ਔਖਾ ਹੋ ਜਾਂਦਾ। ਫਿਰ ਮੈਂ ਇੱਧਰ ਇੱਕ ਇਹ ਬੋਕਸ ਲਗਾਇਆ ਹੋਇਆ, ਬਹੁਤ ਵਧੀਆ ਮਜ਼ਬੂਤ ਇਹ ਬੋਕਸ ਹੈ, ਇਹਦੇ ਵਿੱਚ ਮੈਂ ਸਾਰੇ ਆਪਣੇ ਬੈਂਗਲਸ ਰੱਖ
ਇਸ ਤਰ੍ਹਾਂ ਲੇਡੀਜ਼ ਦਾ ਸਮਾਨ ਕਾਫੀ ਜ਼ਿਆਦਾ ਹੋ ਜਾਂਦਾ, ਥੋੜ੍ਹੇ ਥੋੜ੍ਹੇ ਨਾਲ ਹੀ ਮੇਕਅਪ ਦਾ, ਜੁਐਲਰੀ ਦਾ, ਹੈ ਨਾ, ਰਬੜ ਬੈਂਡਸ, ਕਲਿਪਸ, ਕਲੱਚਰਸ, ਇਹ ਉਹ ਕਿੰਨੀ ਕਿੰਨੀ ਕਾ ਸਮਾਨ ਉਹਨਾਂ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਛੋਟੇ ਛੋਟੇ ਸਮਾਨ ਨਾ। ਇਹ ਇੱਕ ਸਮਾਨ ਆਪਾਂ ਇੱਕ ਤਰੀਕੇ ਨਾਲ ਔਰਗਨਾਈਜ਼ ਕਰਕੇ ਰੱਖੀ ਤਾਂ ਸੋਹਣਾ ਵੀ ਲੱਗਦਾ। ਇਸ ਤਰ੍ਹਾਂ ਕੁਛ ਬੋਕਸਿਸ ਦੇਖੋ ਆਪਣੇ ਘਰ ਆਉਂਦੇ ਮਿਠਾਈ ਵਾਲੇ, ਤਾਂ ਆਪਾਂ ਇੱਦਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਅਤੇ ਕੱਪੜੇ ਮੇਰੀ ਸਾਰੀ ਹੋ ਗਈ ਸੈੱਟ ਔਰਗਨਾਈਜ਼ ਮੈਂ ਕਰਤੀ, ਅਤੇ ਹੁਣ ਵਧੀਆ ਨੀਟ ਐਂਡ ਕਲੀਨ ਲੱਗਣ ਲੱਗ ਗਈ। ਪਹਿਲਾਂ ਤਾਂ ਬਹੁਤ ਜ਼ਿਆਦਾ ਖਾਰਾ ਪਿਆ ਲੱਗ ਰਿਹਾ ਸੀਗਾ, ਅੱਛੀ ਲੱਗ ਰਹੀ ਹੁਣ ਸਫਾਈ ਕਰਨ ਤੋਂ ਬਾਅਦ, ਵੈਸੇ ਵੀ ਚੀਜ਼ ਸੋਹਣੀ ਲੱਗਦੀ ਆ, ਆਪਦਾ ਵੀ ਦਿਲ ਖੁਸ਼ ਹੋ ਜਾਂਦਾ ਸਫਾਈ ਕਰਕੇ। ਹੁਣ ਮੈਂ ਕਰਨ ਲੱਗੀ ਸੀ ਆਪਣੇ ਕੱਪੜਿਆਂ ਵਾਲੀ ਕਵਰ ਸੈੱਟ, ਇਹਦੇ ਵਿੱਚ ਵੀ ਨਾ ਖਾਰਾ ਜਿਹਾ ਪਿਆ ਪਿਆ ਸੀ, ਕਿਉਂਕਿ ਕਈ ਵਾਰ ਮੈਂ ਜਲਦੀ ਵਿੱਚ ਹੁੰਦੀ ਹਾਂ ਤਾਂ ਕੱਪੜੇ ਫਿਰ ਮੈਥੋਂ ਤੈਅ ਤਾਂ ਹੋ ਜਾਂਦੇ ਨੇ, ਪਰ ਉਹਨਾਂ ਰੱਖੇ ਨਹੀਂ ਆਉਂਦੇ ਪ੍ਰੋਪਰ ਤਰੀਕੇ ਨਾਲ, ਟਾਈਮ ਹੀ ਹੁੰਦਾ ਇੰਨਾ, ਮੈਂ ਜਲਦੀ ਜਲਦੀ 'ਚ ਬਸ ਮੈਂ ਫਟਾਫਟ ਮੈਂ ਇਹੀ ਰੱਖਦਾ ਨਹੀਂ ਹਾਂ, ਉਸ ਕਰਕੇ ਨਾ ਫਿਰ ਸਾਰੇ ਆਪੋ ਆਪਣੀ ਜਗ੍ਹਾ ਤੋਂ ਹਿੱਲੇ ਜਿਹੇ ਪਏ ਸੀਗੇ। ਇੱਕ ਬੋਕਸ 'ਚ ਤਾਂ ਮੈਂ ਰੱਖਦੀ ਹੁੰਦੀ ਕੋਟਨ ਦੇ ਦੁਪੱਟੇ ਆਪਣੇ, ਅਤੇ ਇੱਕ ਬੋਕਸ 'ਚ ਮੈਂ ਰੱਖਦੀ ਹੁੰਦੀ ਆਪਣੇ ਟੀ ਸ਼ਰਟਸ, ਪਜਾਮੇ, ਨਾਈਟ ਸੂਟ ਵਾਲੇ, ਉਹ ਰੱਖਦੀ ਹੁੰਦੀ ਹਾਂ। ਇਸ ਕਰਕੇ ਨਾ ਖਲਾਰਾ ਜਿਹਾ ਪਿਆ ਪਿਆ ਸੀ ਕਾਫੀ ਜ਼ਿਆਦਾ, ਭੱਜ ਦੌੜੇ 'ਚ ਕਈ ਵਾਰ ਕਿ ਜਾਣਾ ਹੁੰਦਾ, ਮੈਂ ਕੱਪੜੇ ਤਾਂ ਮੈਂ ਸਵੇਰੇ ਸਵੇਰੇ ਧੋ ਦਿੰਦੀ ਹਾਂ, ਤੈਅ ਵੀ ਕਰ ਦਿੰਦੀ ਹਾਂ ਫਟਾਫਟ, ਤੈਅ ਕਰਕੇ ਕਬਰਡ ਵਿੱਚ ਰੱਖਦਾ ਵੀ ਚੱਲ ਫੇਰ ਸੈੱਟ ਕਰ ਦੂੰਗੀ, ਫੇਰ ਕਰਕੇ ਬਸ ਉਹ ਫੇਰ ਦੀ ਫੇਰ ਹੀ ਰਹਿ ਜਾਂਦੀ ਹੈ, ਬਸ ਤਾਂ ਹੀ ਫਿਰ ਖਲਾਰਾ ਵਧੀਆ ਦੇ ਨਾਲ ਦੀ ਨਾਲ ਆਪਾਂ ਰੱਖਦੇ ਉਹਨੂੰ ਪ੍ਰੋਪਰ ਜਗ੍ਹਾ 'ਤੇ ਨਾ, ਫਿਰ ਖਲਾਰਾ ਕਾਹਨੂੰ ਪਵੇ। ਉਹੀ ਮੈਂ ਸੋਚਿਆ ਚੱਲ ਵੀ ਅੱਜ ਮੈਂ ਆਹੀ ਕਰਾਂ, ਤਾਂ ਸਿਰਫ ਕੰਮ ਨੂੰ ਕਰਨ ਦੀ ਘੋਲ ਆਪਣੀ ਵੱਡੀ ਹੋ ਗਈ, ਕੰਮ ਦੇਖੋ ਕਰਨ 'ਤੇ ਕੋਈ ਟਾਈਮ ਲੱਗਦਾ, ਕੋਈ ਔਖਾ ਕੰਮ ਨਹੀਂ, ਆਪਾਂ ਬਸ ਘੋਲ ਹੀ ਕਰ ਲੈਂਦੇ। ਜੇ ਆਪਾਂ ਨਾ ਰੋਜ਼ 5 ਮਿੰਟ ਆਪਣੀ ਕਵਰ ਅੱਗੇ ਖੜ੍ਹਦੀ ਆ ਕੇ, 5 ਮਿੰਟ ਵੀ ਨਹੀਂ, 2 ਮਿੰਟ ਖੋਲ੍ਹ ਕੇ ਕਵਰ ਖੜ੍ਹ ਜਾਓ, ਤੁਸੀਂ ਦੇਖੋ ਜੇ ਤੁਹਾਨੂੰ ਲੱਗਦਾ ਵੀ ਆਹ ਚੀਜ਼ 'ਚ ਸੈਟਿੰਗ ਹਿੱਲੀ ਹੋਈ ਆ, ਹੈ ਨਾ, ਵੀ ਕੱਪੜੇ ਇੱਧਰ ਉੱਧਰ ਨੂੰ ਸੈੱਟ ਕਰ ਦਿਓ, ਸਿਰਫ 2 ਮਿੰਟ ਨਹੀਂ ਆਪਾਂ ਰੋਜ਼ ਦੇ ਸਕਦੇ ਹੈਗੇ ਅਲਮਾਰੀਆਂ ਨੂੰ। ਹੁਣ ਉਹੀ ਮੈਨੂੰ 15-20 ਮਿੰਟ ਲੱਗ ਗਏ ਸਾਫ਼ ਸਫਾਈ ਕਰਦੇ ਨੂੰ ਕਬਰ 'ਤੇ, ਅਤੇ ਕਿੱਥੇ ਰੋਜ਼ ਦੇਖੋ 2 ਮਿੰਟ, ਬਸ ਫਿਰ ਉਹੀ ਗੱਲ ਆ ਨਾ, ਘਰਾਂ 'ਚ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇਗੇ ਵੀ ਹਰ ਇੱਕ ਚੀਜ਼ ਵੱਲ ਆਪਣਾ ਧਿਆਨ ਨਹੀਂ ਰਹਿੰਦਾ ਹੈਗਾ। ਲੋਕ ਕਬਰ ਮੇਰੀ ਹੋ ਗਈ ਸੈੱਟ, ਉੱਪਰ ਮੈਂ ਸਾਰੇ ਆਪਣੇ ਸੂਟ ਰੱਖੇ ਹੋਏ ਨੇ, ਨੀਚੇ ਸਾਰੇ ਨਾਈਟ ਸੂਟਸ, ਟੀ ਸ਼ਰਟਸ, ਪਜਾਮੇ ਰੱਖੇ ਹੋਏ ਨੇ, ਦੁਪੱਟੇ ਕੋਟਨ ਦੇ ਬੋਕਸ 'ਚ ਪਾ ਕੇ ਰੱਖੇ ਹੋਏ ਨੇ, ਇਸ ਤਰ੍ਹਾਂ ਕੱਪੜੇ ਡਿਵਾਈਡ ਕਰਕੇ ਰੱਖ ਦਿੰਦੇ, ਫਿਰ ਲੱਭਣੇ ਈਜ਼ੀ ਰਹਿੰਦੇ ਨੇ। ਉਸ ਪਰ ਮੈਂ ਕਿਚਨ 'ਚ ਲੱਗ ਗਈ, ਕਿਚਨ ਦਾ ਕੰਮ ਕਰਨਾ, ਸ਼ਾਮ ਦਾ ਖਾਣੇ ਦਾਣੇ ਦਾ ਟਾਈਮ ਹੋ ਗਿਆ ਸੀ, ਜਦੋਂ ਦੁੱਧ ਦੀ ਮਲਾਈ ਉਤਾਰਦਾ ਪਹਿਲਾਂ, ਕਿਉਂਕਿ ਹੁਣ ਦੁੱਧ ਆਊਗਾ ਸ਼ਾਮ ਨੂੰ ਤਾਜ਼ਾ, ਤਾਂ ਫਿਰ ਦੁੱਧ ਉਬਾਲਾਂਗੇ, ਪਤੀਲਾ ਵੇਲਾ ਕਰ ਲਈ ਦੁੱਧ ਵਾਲਾ, ਇਸ ਤਰ੍ਹਾਂ ਸਾਡਾ ਫਿਰ ਕੰਮ ਚੱਲਦਾ ਰਹਿੰਦਾ। ਬਾਹਰ ਲੱਗੇ ਹੋਏ ਸੀ ਮਿਸਤਰੀਆਂ 'ਚ, ਉਹ ਕਰ ਰਹੇ ਸੀਗੇ ਕੁਛ ਕੰਮ ਸੀ ਥੋੜ੍ਹਾ ਜਿਹਾ, 1-2 ਦਿਨ ਨਾਲ ਮਿਸਤਰੀਆਂ ਦਾ ਉਹ ਲੱਗੇ ਹੋਏ ਸੀਗੇ, ਅਤੇ ਨਿੰਮਾ ਭਾਈ ਹੁਣ ਭਾਂਡੇ ਧਰ ਕੇ ਗਏ ਚਾਹ ਪਾਣੀ ਵਾਲੇ ਸਾਰੇ। ਉਸ ਤੋਂ ਬਾਅਦ ਮੈਂ ਬਣਾ ਗਈ ਪਿਆਜ਼ ਚੌਪ ਕਰਨ, ਨਾ ਦਾਲ ਬਣਾਉਂਗੀ, ਮੈਂ ਜੇ ਲਵਾਂਗੀ ਦਾਲ, ਕਿਉਂਕਿ ਮੇਰੀ ਸਿਹਤ ਠੀਕ ਨਹੀਂ, ਮੇਰਾ ਕੁਛ ਹੋਰ ਖਾਣ ਨੂੰ ਜੀ ਨਹੀਂ ਕਰ ਰਿਹਾ, ਐਂ ਦਿਲ ਕਰ ਰਿਹਾ ਵੀ ਹਲਕਾ ਜਿਹਾ ਕੁਛ ਖਾ ਲਵਾਂ, ਦਾਲ ਨਹੀਂ ਖਾਊਂਗੀ ਅੱਜ, ਵੀ ਲਓ ਮੂੰਗੀ ਦਾਲ ਬਣਾਓ, ਮੂੰਗੀ ਮਸਰੀ, ਅਤੇ ਮੈਂ ਪਿਆਜ਼ ਚੌਪ ਕਰਤੇ, ਹਰੀ ਮਿਰਚ, ਟਮਾਟਰ, ਦਾਲ, ਅਤੇ ਮੈਂ ਲੱਗ ਗਈ ਸੀ ਨਾ ਹਰੀ ਮਿਰਚਾਂ ਤੋੜਨ ਵਾੜੇ ਵਿੱਚ, ਮੈਨੂੰ ਮਰੂਦ ਦਿਖਿਆ ਘਿਰਿਆ ਹੋਇਆ, ਮੈਂ ਮਰੂਦ ਤੋੜ ਲਿਆ, ਅਤੇ ਨਾ ਬੋਟਲ 'ਚ ਪੋਲੀਨ ਖਤਮ ਹੋਇਆ ਪਿਆ ਸੀ, ਮੈਂ ਕਿਹਾ ਚਲ ਇਹ ਵੀ ਰੀਫਿਲ ਕਰ ਦਿੰਦਾ, ਨੇ ਪੈਕਟ ਦੇਖੋ ਖਾਲੀ ਹੋਊਗਾ, ਅਤੇ ਫਿਰ ਜਦੋਂ ਜ਼ਰੂਰਤ ਹੋ ਗਿਆ ਮੈਂ ਬੋਟਲ ਚੱਕ ਕੇ ਯੂਜ਼ ਕਰ ਸਕਦੇ ਹਾਂ ਨਾ, ਪੋਲੀਨ ਰੀਫਿਲ ਕੀਤਾ। ਇੱਦਾਂ ਇਹ ਵੀ ਨਿੱਕੇ ਨਿੱਕੇ ਜਿਹੇ ਕੰਮ ਨਾਲ ਹੀ ਚੱਲੀ ਜਾਂਦੇ ਹੁੰਦੇ ਨੇਗੇ। ਅਤੇ ਉਸ ਤੋਂ ਬਾਅਦ ਲਿਕੁਇਡ, ਵਿਮ ਲਿਕੁਇਡ ਖਤਮ ਹੋਇਆ ਪਿਆ ਸੀ ਬੋਟਲ ਵਿੱਚ, ਇਹ ਰੀਫਿਲ ਕਰਨਾ ਸੀ ਨਾ, ਅਸੀਂ ਪਾਊਚ ਲਿਆਉਣੇ ਹੁੰਦੇ ਛੋਟੇ, ਅਤੇ ਪਾਊਚ 'ਚੋਂ ਹੀ ਰੀਫਿਲ ਕਰ ਲੈਂਦੇ ਹੁੰਦੇ ਹਾਂ ਬੋਟਲ 'ਚ, ਕਿਉਂਕਿ ਫਿਰ ਆਈ ਵਾਰ ਤੁਸੀਂ ਬੋਟਲ ਲੈ ਕੇ ਆਓ ਪਲਾਸਟਿਕ ਦੀ, ਹੈ ਨਾ, ਉਹ ਬੋਟਲਾਂ ਜੇ ਘਰ ਇਕੱਠੇ ਹੋਈ ਜਾਂਦੀਆਂ ਨੇ, ਇਸ ਲਈ ਅਸੀਂ ਪਾਊਚ ਲਿਆਉਂਦੇ ਹੁੰਦੇ ਹਾਂ ਅਤੇ ਬੋਟਲ 'ਚ ਰੀਫਿਲ ਕਰ ਲੈਂਦੇ ਹਾਂ, ਵਿਮ ਲਿਕੁਇਡ ਕਰਤਾ ਮੈਂ ਰੀਫਿਲ। ਅਤੇ ਹੁਣ ਮੈਂ ਬੈਠੀ ਸੀ ਬਾਹਰ ਨਾ, ਬਹੁਤ ਸੋਹਣੀ ਹਵਾ ਚੱਲ ਰਹੀ ਸੀ, ਬਹੁਤ ਹੀ ਸੋਹਣੀ ਹਵਾ ਚੱਲ ਰਹੀ ਸੀ, ਵੈਸੇ ਮੈਂ ਵੀ ਨਹੀਂ ਹੁੰਦੀ, ਅੱਜ ਮੇਰਾ ਚਿੱਤ ਨਹੀਂ ਠੀਕ ਸੀ, ਮੈਂ ਚੱਲ ਬਾਹਰ ਬਹਿ ਜਾਂ ਕੋਈ ਚੰਗਾ ਹੀ ਲੱਗ ਰਿਹਾ ਸੀਗਾ, ਬਾਹਰ ਬਹਿ ਗਈ ਆ ਕੇ ਬਹੁਤ ਸੋਹਣੀ ਹਵਾ ਚੱਲ ਰਹੀ ਸੀ, ਤਾਂ ਸਾਹਮਣੇ ਲੱਗੇ ਪਏ ਸੀ ਮਿਸਤਰੀ, ਇਹਨਾਂ ਦਾ ਸ਼ਟਰ ਲੱਗਿਆ, ਸ਼ਟਰ ਥੋੜ੍ਹਾ ਉੱਚਾ ਕਰਕੇ ਲਗਾਉਣਾ। ਉਸ ਵਾਰ ਕਿਸੇ ਭੈਣ ਦਾ ਕਮੈਂਟ ਆਇਆ ਸੀ ਲਿਕੁਇਡ ਕਿਹੜਾ ਯੂਜ਼ ਕਰਦੇ, ਮੈਂ ਕਿਹਾ ਅੱਛੀ ਤਰ੍ਹਾਂ ਮੈਂ ਤੁਹਾਨੂੰ ਦਿਖਾ ਦਾ, ਚਲੋ ਆ ਦੇਖੋ ਆਹ ਵੀ IFB ਦਾ ਸਟੇਨ ਰਿਮੂਵਰ ਹੈ ਫੈਬੋ, ਕੋਈ ਦਾਗ ਹੋਣ ਕਾਲਰਾਂ 'ਤੇ, ਕਫਾਂ 'ਤੇ ਆਪਾਂ ਲਗਾ ਸਕਦੇ ਹਾਂ ਨਾ, ਪਹੁੰਚਿਆਂ 'ਤੇ, ਗੰਦਿਆਂ 'ਤੇ, ਔਰ ਇਹ ਫਲੱਫ ਮੈਟਿਕ ਇਹਦਾ ਲਿਕੁਇਡ ਹੈ। ਫਿਰ ਉਹਨੂੰ ਕਿਹਾ ਤੁਸੀਂ IFB ਮਸ਼ੀਨ ਦੇ ਫੰਕਸ਼ਨ ਦੱਸੋ, ਸਾਡੇ ਕੋਲ ਵੀ ਮਸ਼ੀਨ ਆ ਵੀ ਮੈਨੂੰ ਫੰਕਸ਼ਨ ਪਤਾ ਨਹੀਂ ਜੀ, ਜ਼ਿਆਦਾਤਰ ਇਹਦਾ ਮਿਕਸ ਡੇਲੀ ਵਾਲਾ ਫੰਕਸ਼ਨ ਹੀ ਮੈਂ ਯੂਜ਼ ਕਰਦੀ ਹੁੰਦੀ ਹਾਂ। ਵੂਲ ਕਰਾਂਗੇ ਗਰਮ ਕੱਪੜਿਆਂ ਵਾਸਤੇ, ਗਰਮ ਚਾਦਰਾਂ ਕੰਬਣਾਂ ਵਾਸਤੇ, ਹੈ ਨਾ, ਬਲਕਿ ਕਰਾਂਗੇ ਆਪਾਂ ਗਰਮ, ਆਹ ਸੋਰੀ, ਭਾਰੀ ਪਰਦਿਆਂ ਵਾਸਤੇ, ਚਾਦਰਾਂ ਵਾਸਤੇ, ਬਸ ਇਹੀ ਫੰਕਸ਼ਨ ਜ਼ਿਆਦਾਤਰ ਕੰਮ ਆਉਂਦੇ ਨੇ ਘਰਾਂ ਵਿੱਚ, ਬਾਕੀ ਸਾਰੇ ਫੰਕਸ਼ਨ ਇੰਨੇ ਜ਼ਿਆਦਾ ਕੰਮ ਦੇ ਨਹੀਂ ਹੁੰਦੇ। ਟਾਈਮ ਸੇਵਰ ਆਪਾਂ ਦੇਖੋ ਲਗਾ ਸਕਦੇ, ਰਿੰਗਸ ਹੋਲਡ, ਇਹ ਸਾਰੇ ਫੰਕਸ਼ਨ ਨੇ, ਇੱਥੋਂ ਆਪਸ਼ਨਸ 'ਚ ਦੇਖੋ ਸਾਰੇ ਫੰਕਸ਼ਨ ਨਿਕਲ ਆਉਣਗੇ, ਹੈ ਨਾ, ਆਪਸ਼ਨਸ 'ਚ ਆਪਾਂ ਪ੍ਰੈਸ ਕਰੀ ਚੱਲਾਂਗੇ। ਹੁਣ ਜਿਵੇਂ ਰਾਤ ਨੂੰ ਮੈਂ ਜਿਹੜਾ ਟਾਈਮਰ ਲਗਾਉਣੀ, ਉਹ ਮੈਂ ਡਿਲੇ ਸਟਾਰਟ 'ਤੇ ਲਗਾਉਣੀ ਆ, ਡਿਲੇ ਸਟਾਰਟ ਮੈਂ ਸਿਲੈਕਟ ਕਰ ਲਿਆ,
ਸਲੈਕਟ ਕਰਨ ਤੋਂ ਬਾਅਦ ਸਲੈਕਟ ਨੂੰ ਪ੍ਰੈਸ ਕਰੀ ਚੱਲਾਂਗੇ। ਉਸ ਤੋਂ ਬਾਅਦ ਟਾਈਮ ਆਈ ਚਲੋ 1 ਘੰਟਾ 2 ਘੰਟੇ ਕਿੰਨੇ ਘੰਟੇ ਬਾਅਦ ਤੁਸੀਂ ਮਸ਼ੀਨ ਚਲਾਉਣਾ ਚਾਹੋਗੇ, ਹੈ ਨਾ। 5 ਘੰਟੇ ਬਾਅਦ 6 ਘੰਟੇ ਬਾਅਦ ਜਿਵੇਂ 6 ਘੰਟੇ ਦਾ ਮੈਂ ਸਲੈਕਟ ਕਰ ਲਿਆ, ਫਿਰ ਆਪਾਂ ਸਟਾਰਟ ਕਰ ਦਾਂਗੇ। ਸਟਾਰਟ ਹੋ ਜੂਗੀ ਮਸ਼ੀਨ, ਦੇਖੋ ਟਾਈਮ ਲੈਫਟ 6 ਘੰਟੇ ਬਾਅਦ ਆਪੇ ਚੱਲੂਗੀ ਮਸ਼ੀਨ, ਡਿਲੇ ਸਟਾਰਟ ਫੰਕਸ਼ਨ ਲੱਗਿਆ ਹੋਇਆ ਆਪਣਾ। ਅਤੇ ਉਸ ਤੋਂ ਬਾਅਦ ਪਾਣੀ ਦਾ ਦੇਖੋ ਟੈਂਪਰੇਚਰ ਆਪਾਂ ਸਲੈਕਟ ਕਰ ਸਕਦੇ ਹਾਂ ਨਾ, ਟੈਂਪਰੇਚਰ ਪਾਣੀ ਦਾ ਵੀ ਤੁਸੀਂ ਕੋਲਡ 'ਤੇ ਧੋਣੇ ਨੇ 20 ਡਿਗਰੀ 'ਤੇ 30 ਡਿਗਰੀ 'ਤੇ। ਸਰਦੀਆਂ ਵਿੱਚ ਜਿਵੇਂ ਥੋੜ੍ਹਾ ਜਿਹਾ ਆਪਾਂ ਗਰਮ ਪਾਣੀ ਯੂਜ਼ ਕਰਾਂਗੇ, ਗਰਮੀ ਵਿੱਚ ਇੰਨਾ ਗਰਮ ਦੀ ਲੋੜ ਨਹੀਂ ਹੁੰਦੀ ਕੋਟਨ ਦੇ ਕੱਪੜਿਆਂ 'ਤੇ। ਬਸ ਪਾਣੀ ਦਾ ਟੈਂਪਰੇਚਰ ਸਲੈਕਟ ਕਰ ਲਓ, ਕੋਈ ਜ਼ਿਆਦਾ ਔਖਾ ਨਹੀਂ ਗਾ ਹੈਗਾ। ਤਾਂ ਉਸ ਤੋਂ ਬਾਅਦ ਮੇਰੇ ਹੋ ਗਿਆ ਦਾਲ ਸਬਜ਼ੀ ਬਣਾਉਣ ਦਾ ਟਾਈਮ, ਕਿਚਨ 'ਚ ਆ ਗਈ ਸੀ। ਦਾਲ ਲਗਾ ਰਹੀ ਸੀ ਤੜਕਾ ਮੂੰਗੀ ਮਸਰੀ ਨੂੰ, ਕਰ ਲਿਆ ਸਟਾਰਟ ਅਪ ਦਾ ਕੰਮ ਕਿਚਨ ਦਾ। ਚੋਪਿੰਗ ਪਹਿਲਾਂ ਮੈਂ ਕਰਕੇ ਰੱਖਦੀ ਸੀ ਨਾ, ਪਿਆਜ਼ ਟਮਾਟਰ ਕੱਟ ਕੇ, ਅਤੇ ਤੜਕਾ ਲਾਉਣ ਸਾਰੇ 10 ਮਿੰਟ ਹੀ ਲੱਗਦੇ ਨੇ ਬਸ, 15-20 ਮਿੰਟਾਂ 'ਚ ਦਾਲ ਤੜਕਾ ਲੱਗ ਜਾਂਦਾ, ਦਾਲ ਬਣ ਜਾਂਦੀ, ਦਾਲ ਦੇ ਨਾਲ ਆਟਾ ਗੁੰਨ ਲਈਦਾ। ਪਿਆਜ਼ ਨਾਲ ਜਿਹੜੇ ਕਿ ਭਾਂਡੇ ਹੁੰਦੇ ਨੇ ਜਿਸ 'ਚ ਦਾਲ ਧੋਤੀ ਹੁੰਦੀ ਹੈ, ਪਿਆਜ਼ ਕੁਛ ਕੱਟਿਆ ਹੁੰਦਾ ਨਾ, ਉਹ ਧੋਤੇ ਜਾਂਦੇ ਨੇ, ਅਤੇ ਸ਼ੈਲਫ 'ਤੇ ਕੱਪੜਾ ਮਾਰੋ। ਚਲੋ ਜੀ, ਕੰਮ ਕਿਚਨ ਦਾ ਫਿਰ ਹੋ ਗਏ, ਹੋਰ ਕੀ ਆ। ਬਾਕੀ ਸੈਲਡ ਕੱਟਣ ਦੇ ਖਾਣਾ ਖਾਣਾ, ਉਹ ਦੇਖੋ ਸੈਲਡ ਕੱਟ ਲਾਂਗੇ ਨਾ, ਰਾਇਤਾ ਪਾ ਲਾਂਗੇ, ਇਹ ਕੰਮ ਹੁੰਦਾ ਕਿਚਨ ਦਾ, ਹੋਰ ਕੀ। ਬਾਕੀ ਇੱਦੂ ਬਿਨਾਂ ਨਾਲ ਆ ਨਿੱਕੇ ਨਿੱਕੇ ਕੰਮ ਹੋਰ ਚੱਲੀ ਜਾਂਦੇ ਹੁੰਦੇ ਨੇਗੇ, ਕੰਮ ਤਾਂ ਘਰ ਦੇ ਕਦੇ ਵੀ ਨਹੀਂ ਖਤਮ ਹੁੰਦੇ ਕਦੇ ਵੀ। ਦਾਲ ਦੇਖੋ ਮੈਂ ਧੋਤੀ ਦਾਲ ਪਾ ਦੂੰਗੀ, ਮੂੰਗੀ ਮਸਰੀ। ਮੈਨੂੰ ਨਾ ਆਹ ਕੌਰ ਜਿਹੜਾ ਕਮੈਂਟ ਆਇਆ, ਤੁਸੀਂ ਯੈਲੋ ਦਾਲ ਨਾ ਕਿਹਾ, ਕਿਉਂਕਿ ਤੁਹਾਨੂੰ ਨਾ ਬੱਚਿਆਂ ਨਾਲ ਆਦਤ ਪਈ ਹੋਈ ਸੀ ਕਹਿਣ ਦੀ, ਜੇ ਬੱਚੇ ਕਹਿੰਦੇ ਮੰਮਾ ਦਾਲ ਕਿਹੜੀ ਯੈਲੋ ਦਾਲ, ਫਿਰ ਉਹ ਸਮਝ ਜਾਂਦੇ ਵੀ ਯੈਲੋ ਦਾਲ। ਜੇ ਹਰੀ ਮੂੰਗੀ ਆ ਸਾਫ਼ ਤੋਂ ਮੋਠਾਂ ਦੀ ਹੁੰਦੀ, ਫਿਰ ਅਸੀਂ ਕਹਿੰਦੇ ਬਰਾਊਨ ਦਾਲ। ਜੇ ਮਾਂ ਛੋਰੇ ਦੀ ਹੁੰਦੀ, ਫਿਰ ਅਸੀਂ ਕਹਿੰਦੇ ਲੰਗਰ ਵਾਲੀ ਦਾਲ। ਫਿਰ ਇੱਕ ਉਹ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਇਹ ਸੀਗਾ। ਵੈਸੇ ਗੱਲ ਮੈਨੂੰ ਅੱਛੀ ਲੱਗੀ, ਬੱਚੇ ਵੀ ਸਮਝਣਗੇ ਕਿੱਥੋਂ ਜਾ ਆਪਾਂ ਯੈਲੋ ਬਰਾਊਨ ਦਾਲ ਕਹੀ ਜਾਂਦੇ ਹਾਂ, ਜਾਂ ਆਪਾਂ ਕਹਾਂਗੇ ਮੂੰਗੀ ਮਸਰੀ, ਹੈ ਨਾ, ਮੋਠਾਂ ਦਾਲ ਸਾਬਤ ਮੂੰਗੀ, ਫਿਰ ਹੀ ਬੱਚੇ ਸਮਝਣਗੇ। ਉਸ ਤੋਂ ਬਾਅਦ ਮੈਂ ਮਿਰਚਾਂ ਅਤੇ ਹਲਦੀ ਰੀਫਿਲ ਕਰਨੀ ਸੀ ਡੱਬਿਆਂ ਵਿੱਚ, ਇਹ ਕਰਤੀ। ਅਤੇ ਮੈਨੂੰ ਐਂ ਹੁੰਦਾ ਵੀ ਕੰਮ ਨਾਲ ਦੇ ਨਾਲ ਕਰ ਦਿੰਦਾ, ਜਿਵੇਂ ਡੱਬੇ ਖਾਲੀ ਦੇਖ ਲਵੀ, ਨਾਲ ਦੇ ਨਾਲ ਭਰ ਕੇ ਰੱਖਦਾ, ਇਹ ਨਾ ਹੋਵੇ ਕੱਲ੍ਹ ਨੂੰ ਮੈਨੂੰ ਜ਼ਰੂਰਤ ਹੋਵੇ ਅਤੇ ਡੱਬੇ ਖਾਲੀ ਪਏ ਹੋਣ, ਹੈ ਨਾ। ਇਸ ਲਈ ਮੈਂ ਹਮੇਸ਼ਾ ਕੰਮ ਪਹਿਲਾਂ ਹੀ ਕਰਕੇ ਰੱਖਦੇ, ਹੋਰ ਆਪਣੇ ਇਹ ਨਹੀਂ ਵੀ ਚਲੋ ਕੋਈ ਗੱਲ ਨਹੀਂ ਫੇਰ ਹੋ ਜਾਓ। ਉਸ ਤੋਂ ਬਾਅਦ ਨਾ ਮੈਂ ਆਪਣੇ ਹਸਬੈਂਡ ਦੀ ਟੀ ਸ਼ਰਟ 'ਤੇ ਲੂਣ ਉਤਾਰਨੇ ਸੀਗੇ, ਕਈ ਦਿਨ ਹੋ ਗਏ ਸੀ ਕਹਿੰਦੇ ਨੇ ਜੋ ਟੀ ਸ਼ਰਟ ਪਾਉਣੀ ਹੁੰਦੀ, ਕਹਿੰਦੇ ਸੀ ਲੂਣ ਉਤਾਰ, ਅਤੇ ਮੈਂ ਕਿਹਾ ਨਹੀਂ ਉਤਾਰੇ ਨਹੀਂ, ਮੈਂ ਉਤਾਰ ਦੂੰਗੀ, ਮੇਰੇ ਟਾਈਮ ਨਹੀਂ ਲੱਗਿਆ। ਅਤੇ ਅੱਜ ਮੈਂ ਉਹੀ ਲੂਣ ਉਤਾਰਤੀ ਸੀ, ਇਹਤੋਂ ਲਿੰਟ ਰਿਮੂਵ ਕਰਤੀ ਸੀ, ਇਹ ਮੈਂ ਲਿੰਟ ਰਿਮੂਵਰ ਨਾਲ ਉਤਾਰ ਦੀ। ਇਹ ਚੀਜ਼ ਨਾ ਮੈਨੂੰ ਅੱਛੀ ਲੱਗੀ ਪ੍ਰੋਡਕਟ, ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਾਂ ਵੀ ਇਹ ਕਰੇ। ਭੈਣਾਂ ਦੇ ਬਹੁਤ ਕੰਮ ਆਉਂਦਾ, ਖਾਸ ਕਰ ਸਰਦੀਆਂ ਵਿੱਚ, ਸਰਦੀਆਂ 'ਤੇ ਨਾ ਕੋਟੀ ਸਵੈਟਰਾਂ 'ਤੇ ਸ਼ੋਲ 'ਤੇ ਲੂਣ ਆ ਜਾਂਦਾ, ਅਤੇ ਇਹ ਫਿਰ ਬਹੁਤ ਵਧੀਆ ਤਰੀਕੇ ਨਾਲ ਰਿਮੂਵ ਕਰ ਦਿੰਦਾ ਲੂਣ ਸਾਰੇ। ਇਹ ਨਹੀਂ ਕਿ ਦੁਬਾਰੇ ਨਹੀਂ ਆਉਂਦੇ, ਦੁਬਾਰੇ ਵੀ ਆ ਜਾਂਦੇ ਨੇ, ਪਰ ਉੱਤਰ ਵੀ ਬਹੁਤ ਜਲਦੀ ਆਉਂਦੇ ਨੇ, ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਤੇ ਉਤਾਰਨ 'ਤੇ, ਫਟਾਫਟ ਹੀ ਜਲਦੀ ਜਲਦੀ ਉਤਾਰ ਦਿੰਦਾ, ਟਾਈਮ ਜ਼ਿਆਦਾ ਲੱਗਦਾ ਇਸ ਤਰ੍ਹਾਂ। ਇਹਦੇ ਨਾਲ ਨਾ ਇੱਕ ਇਹ ਦਿੱਤਾ ਹੁੰਦਾ ਗਾ, ਨਾਲ ਇੱਕ ਛੋਟਾ ਜਿਹਾ ਜਾਰ ਜਾਂ ਕੰਟੇਨਰ ਜਿਹਾ ਲੱਗਿਆ ਹੁੰਦਾ, ਉਹਦੇ ਵਿੱਚ ਇਕੱਠੇ ਕਰੀ ਜਾਂਦਾ ਇਹ ਲੂਣ ਸਾਰੇ। ਫਿਰ ਆ ਦੇਖੋ ਇਹਦੇ ਵਿੱਚ ਲੂਣ ਸਾਰੇ ਨਿਕਲ ਆਉਂਦੇ ਨੇ। ਇਹ ਬਿਲਕੁਲ ਨਵੀਂ ਟੀ ਸ਼ਰਟ ਸੀ, ਪਰ ਜੋ ਪਾਉਂਦੇ ਸੀ ਉਹਦੇ ਮੈਨੂੰ ਪੁੱਜੇ ਸੀ, ਲੂਣ ਉਤਾਰ ਦਿਓ ਇਹਦਾ। ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ, ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ, ਸਤਿ ਸ਼੍ਰੀ ਅਕਾਲ।